ਜਿਹੜੇ ਵੇਲੇ ਆਖਰੀ ਵੇਲਾ ਆ ਜਾਂਦਾ ਪੁੱਤਰ ਵੀ ਇਕੱਠੇ ਹੋ ਜਾਂਦੇ ਯਾਰ ਵੀ ਆ ਜਾਂਦੇ ਨੇ ਫਕੀਰ ਤੇ ਦਰੀਦ ਵੀ ਆ ਜਾਂਦੇ ਨੇ ਡਾਕਟਰ ਵੀ ਆ ਕੇ ਨਬਜ਼ਾਂ ਚੈੱਕ ਕਰਦੇ ਨੇ ਨੌਜਵਾਨ ਜਦੋਂ ਆਖਰੀ ਵੇਲਾ ਆ ਜਾਂਦੇ ਤੋ ਜਾਣ ਵਾਲੇ ਦੀ ਅੱਖਾਂ ਚੋਂ ਅੱਥਰੂ ਆ ਜਾਂਦੇ ਉਸ ਵੇਲੇ ਮਾਂ ਰੋਂਦੀ ਰਹਿ ਜਾਂਦੀ ਉਸ ਵੇਲੇ ਬਾਪ ਕੁਰਲਾਉਂਦੇ ਰਹਿ ਜਾਂਦੇ ਉਸ ਵੇਲੇ ਪਹਿਲਾਂ ਚਾਰ ਪਈਏ ਪਵੇ ਫੜ ਕੇ ਰੋਂਦੀਆਂ ਰਹਿ ਜਾਂਦੀਆਂ ਯਾਰ ਨਬਜ਼ਾਂ ਵੇਖਦੇ ਰਹਿ ਜਾਂਦੇ ਉਸ ਵੇਲੇ ਡਾਕਟਰ ਵੀ ਗਰਦਨ ਹਿਲਾ ਦਿੰਦੇ ਉਸ ਵੇਲੇ ਕਬੀ ਭਾਨੂੰ ਵੀ ਚੁੱਪ ਲੱਗ ਜਾਂਦੀ ਏ ਆਖਰੀ ਵੇਲਾ ਆਉਂਦਾ ਏ ਜਾਣ ਲੱਗਿਆ ਕਿਧਰੇ ਮਾਂ ਵੱਲ ਵੇਖਦਾ ਏ ਕਦੇ ਯਾਰਾਂ ਨੂੰ ਵੇਖਦਾ ਏ ਅੱਜ ਕੋਈ ਪਛਾਣ ਏ ਉਸ ਵੇਲੇ ਸਾਰੇ ਵੇਖਦੇ ਰਹਿ ਜਾਂਦੇ ਉਸ ਵੇਲੇ ਤੇਰੀ ਕੱਲੀ ਰੂਹ ਜਿਹੜੀ ਪਰਵਾਦ ਕਰ ਜਾਂਦੀ ਤੇ ਮੀਆਂ ਸਾਂ ਫਰਮਾਉਂਦੇ ਨੇ ਕਿ ਤੂੰ ਬੇਲੀ ਤੇ ਸਭ ਜਗ ਬੇਲੀ ਅਨਬੇਲੀ ਦੀ ਬੇਲੀ ਉਸ ਵੇਲੇ ਤਾਂ ਕੋਈ ਨਹੀਂ ਬੇਲੀ ਜਦੋਂ ਜਾਸੀ ਜਾਨ ਅਕੇਲੀ ਜਦੋਂ ਰੂਹ ਨਿਕਲਦੀ ਸਾਰੇ ਰੋਂਦੇ ਕੁਰਲਾਉਂਦੇ ਰਹਿ ਜਾਂਦੇ ਕੋਈ ਵਿੱਚ ਨੂੰ ਮਰਨ ਤੂੰ ਨਾ ਬਚਾ ਸਕਿਆ ਜਦੋਂ ਤੇਰੀ ਰੂਹ ਨਿਕਲ ਜਾਂਦੀ ਏ ਥੋੜ੍ਹੀ ਦੇਰ ਰੋਣ ਤੋਂ ਬਾਅਦ ਫਿਰ ਆਤਨ ਜਨਾਦੇ ਦਾ ਕੀ ਵੇਲਾ ਏ ਸਾਰਿਆਂ ਨੂੰ ਆਪਣੇ ਆਪਣੇ ਕੰਮ ਯਾਦ ਆਉਂਦੇ ਨੇ ਆਖਰੀ ਵੇਲਾ ਆ ਜਾਂਦਾ ਹੈ ਫਿਰ ਤੇਰੇ ਹੱਥਾਂ ਦੀ ਅੰਗੂਠੀ ਵੀ ਉਤਾਰ ਲੈਂਦੇ ਨੇ ਤੇਰੀ ਘੜੀ ਵੀ ਉਤਾਰ ਲੈਂਦੇ ਨੇ ਤੈਨੂੰ ਫੱਟੇ 'ਤੇ ਲਟਾ ਕੇ ਤੇਰੇ ਕੱਪੜੇ ਵੀ ਉਤਾਰ ਲੈਂਦੇ ਨੇ ਤੈਨੂੰ ਗੁਸਲ ਕਰਾ ਕੇ ਚਿੱਠਾ ਲੱਠੇ ਦਾ ਸੂਟ ਮੰਗਵਾ ਕੇ ਜਿਹਦੇ ਵਿੱਚ ਸਲਾਈ ਅਤੇ ਜੇਬਾਂ ਵੀ ਕੋਈ ਨਹੀਂ ਉਹ ਕੱਪੜਾ ਤੈਨੂੰ ਪਹਿਨਾ ਕੇ ਆਪਣੇ ਕੰਧਿਆਂ 'ਤੇ ਚੁੱਕ ਕੇ ਕਲਮਾ ਸ਼ਹਾਦਤ ਪੜ੍ਹਦੇ ਲੈ ਜਾਂਦੇ ਨੇ ਪਿੱਛੇ ਮਾਵਾਂ 'ਤੇ ਬਹਿਣਾ ਰੋਂਦੀਆਂ ਰਹਿ ਜਾਂਦੀਆਂ ਧੀਆਂ ਦੇ ਪੁੱਤਰ ਵੀ ਰੋਂਦੇ ਰਹਿ ਜਾਂਦੇ ਕਬਰਸਤਾਨ 'ਚ ਤੇਰਾ ਜਨਾਜ਼ਾ ਵੀ ਪੜਿਆ ਜਾਂਦਾ ਜਿਹੜੇ ਵੇਲੇ ਕਬਰ 'ਚ ਰੱਖਣ ਦਾ ਵੇਲਾ ਆ ਜਾਂਦਾ ਤੇਰੇ ਭਾਈ ਤੇਰੀ ਯਾਰ ਤੇਰੀ ਕਬਰ ਦੇ ਵਿੱਚ ਉਤਰ ਜਾਂਦੇ ਨੇ ਤੈਨੂੰ ਕਬਰ ਦੇ ਅੰਦਰ ਰੱਖ ਕੇ ਤੈਨੂੰ ਤੇਰੇ ਨਾਲ ਬਹੁਤਾ ਪਿਆਰ ਏ ਤੇਰੀ ਕਬਰ 'ਤੇ ਮਿੱਟੀ ਵੀ ਬਹੁਤੀ ਪਾ ਕੇ ਆ ਜਾਂਦਾ ਹੈ ਜਦੋਂ ਤੇਰੀ ਕਬਰ ਬਣਾ ਲੈਂਦਾ ਫਿਰ ਸਾਰੇ ਦੁਆ ਮੰਗ ਕੇ ਆਖਦੇ ਨੇ ਉਸ ਵੇਲੇ ਕੋਈ ਆਖਦਾ ਪੁੱਤਰ ਬੜਾ ਚੰਗਾ ਸੀ ਕੋਈ ਕਹਿੰਦਾ ਬਾਪ ਬੜਾ ਚੰਗਾ ਸੀ ਕੋਈ ਕਹਿੰਦਾ ਯਾਰ ਬੜਾ ਚੰਗਾ ਸੀ ਕੋਈ ਕਹਿੰਦਾ ਸ਼ੋਹਰ ਬੜਾ ਚੰਗਾ ਸੀ ਪਰ ਜਦੋਂ ਤੇਰੀ ਕਬਰ ਬਣ ਜਾਂਦੀ ਆਖਰੀ ਵੇਲੇ ਦੁਆ ਕਰਕੇ ਟੁਰ ਪੈਂਦੇ ਫਿਰ ਯਾਰ ਵੀ ਆਖਦੇ ਨੇ ਲੈ ਸਜਣਾ ਅਸੀਂ ਚੱਲਿਆ ਹੁਣ ਅੱਗੇ ਤੇਰੇ ਅਮਾਲ ਅੱਗੇ ਤੇਰੇ ਅਮਾਲ ਸਾਰੇ ਛੱਡ ਕੇ ਟੁਰ ਜਾਂਦੇ ਨਾਲੇ ਆਖਦੇ ਅੱਗੇ ਤੇਰੇ ਅਮਾਲ ਤੇ ਮੀਆਂ ਸਾਂ ਫਰਮਾਉਂਦੇ ਨੇ ਕਿ ਲੱਪੀ ਮੁੱਠੀ ਮਿੱਟੀ ਪਾ ਕੇ ਤੇ ਕਰਦੇ ਢੇਰ